ਅਸਲਾਮੁ ਅਲੈਕੁਮ, ਹਾਏ ਐਵਰੀਵਨ, ਕਿਆ ਹਾਲ ਚਾਲ ਹੈ ਸਾਰੇ ਦੋਸਤਾਂ ਦਾ? ਠੀਕ ਠਾਕ ਹੋ? ਉਮੀਦ ਕਰੇ ਨਾ ਸਾਰੇ ਦੋਸਤ ਤੁਸੀਂ ਠੀਕ ਠਾਕ ਹੋ। ਸੋ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਤੇ ਤੁਹਾਨੂੰ ਸਾਰਿਆਂ ਨੂੰ ਜੁੰਮਾ ਮੁਬਾਰਕ, ਹੈਪੀ ਫਰਾਈਡੇ। ਅੱਜ ਫਿਰ ਦੂਸਰਾ ਜੁੰਮਾ ਆ ਗਿਆ, ਪਹਿਲੇ ਜੁੰਮੇ ਦਾ ਤੁਸੀਂ ਵਲੌਗ ਵੇਖਿਆ ਹੋ ਸੀ, ਅੱਜ ਫਿਰ ਦੂਸਰਾ ਜੁੰਮਾ ਆ ਗਿਆ ਵਲੌਗ ਦੇ ਵਿੱਚ। ਅਤੇ ਅੱਜ ਜੁੰਮਾ ਪੜ੍ਹਦਾ ਅਤੇ ਉਸ ਤੋਂ ਬਾਅਦ ਤੁਹਾਨੂੰ ਜੋ ਵੀ ਰੂਟੀਨ ਹੈ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਤੁਸੀਂ ਰਹਿਣਾ ਸਾਡੇ ਨਾਲ ਨਾਲ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਔਰੰਗਜ਼ੇਬ ਅਫੀਸ਼ੀਅਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਔਰ ਥੱਲੇ ਕਮੈਂਟ ਤੁਸੀਂ ਲਾਜ਼ਮੀ ਐਂਡ ਤੱਕ ਕਰਨਾ। ਅਤੇ ਚਲੋ ਚੱਲਦੇ ਹਾਂ, ਕਿਉਂਕਿ ਜੁੰਮੇ ਦਾ ਟਾਈਮ ਹੋ ਚੁੱਕਿਆ, ਇਸ ਵਕਤ ਤਕਰੀਬਨ 1:50 ਹੋ ਚੁੱਕਿਆ, ਤਾਂ 10 ਮਿੰਟ ਰਹਿ ਗਏ, ਤਾਂ ਮੈਂ ਫਟਾਫਟ ਪਹੁੰਚਦਾ ਜੁੰਮੇ 'ਤੇ। ਅਤੇ ਇਹ ਸਾਰਿਆਂ ਨੂੰ ਜੁੰਮਾ ਮੁਬਾਰਕ ਹੋ ਗਿਆ ਜੀ। ਚਲੋ ਜੀ ਜਲਦੀ, ਕਿਉਂਕਿ ਲੇਟ ਆਉਂਦੀ ਪਈ ਹੈ ਤਾਂ ਸੁਨਤਾਂ ਵੀ ਅਦਾ ਕਰਨੀਆਂ ਨੇ। ਉਸ ਤੋਂ ਬਾਅਦ ਅਗਲੇ ਕੰਮ ਉਸ, ਇੱਕ ਤਾਂ ਰੋਡ ਤਾਂ ਸਾਡੇ ਤਾਂ ਇੱਧਰਾਂ ਗੱਟਾ ਹੁੰਦਾ, ਸਮਝ ਨਹੀਂ ਆਉਂਦੀ ਬੰਦਾ ਕੀ ਕਰੇ। ਚਲੋ, ਚੋਪੀ ਛੋਪੀ ਪਾਣੀ ਮੈਂ ਭੁੱਲ ਗਿਆ ਯਾਰ, ਕਿਉਂਕਿ ਜਲਦੀ ਆਉਂਦੀ ਨਾ। ਅੱਜ ਵਾਜਿਦ ਭਾਈ ਮੇਰੇ ਨਾਲ, ਕੋਈ ਨਹੀਂ, ਪਤਾ ਨਹੀਂ ਉਹਨਾਂ ਕਿਸ ਟਾਈਮ ਆਉਣਾ, ਮੈਨੂੰ ਉਹਨਾਂ ਦਾ ਨਹੀਂ ਪਤਾ, ਲੇਕਿਨ ਮੈਂ ਤਾਂ ਜਾ ਰਿਹਾ। ਜੁੰਮਾ ਮੁਬਾਰਕ ਇਹਨਾਂ ਕੋਲੋਂ, ਜਨਾਬ ਖਤ ਕਰਵਾਇਆ ਜਾਂਦਾ, ਫਟਾਫਟ ਪਹੁੰਚਦੇ ਹਾਂ। ਮਸਜਿਦ ਪਹੁੰਚਿਆ ਖਲਾ, ਅਤੇ ਅਜ਼ਾਨ ਸ਼ੁਰੂ ਹੋ ਗਈ। ਲਓ ਜੀ ਦੋਸਤੋ, ਜੁੰਮਾ ਪੜ੍ਹ ਕੇ ਆ ਚੁੱਕੇ ਹਾਂ, ਅਲਹਮਦੁਲਿਲਾ, ਬੜਾ ਸਕੂਨ ਆਇਆ। ਹੁਣ ਸਾਡਾ ਲੰਗਰ ਜਿਹੜਾ ਤਿਆਰ ਹੈ। ਵਾਹ ਜੀ ਵਾਹ, ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਬਾਤ ਹੈ, ਕਿਆ ਬਾਤ। ਲੰਗਰ ਕਰਨਾ ਹੈ ਤਾਂ ਆਓ, ਮੈਂ ਤਾਂ ਕਰਦਾ ਪਿਆ ਜੀ। ਦੋਸਤੋ, ਮੈਂ ਹੈ ਨਿੱਕੀ ਜੀ ਗੇਮ ਲਾਉਣ ਲੱਗਾ, ਅਤੇ ਇਹ ਮੇਰੇ ਹੱਥ 'ਚ ਹੋ ਗਿਆ ਛਿੱਕਾ, ਅਤੇ ਹੁਣ ਮੇਰੇ ਨਾਲ ਗੇਮ ਕਹਿ ਲੈਣੀ ਆਉਣ ਆਉਣ ਵਾਲੇ ਬਗਦਾ ਦੀ ਗੇਮ ਲਾ ਰਿਹਾ। ਚਲੋ ਹੁਣ ਵੇਖਦੇ ਮੈਨੂੰ ਹਰਾਉਂਦਾ ਜਾਂ ਮੈਂ ਇਹਨੂੰ ਹਰਾਉਂਦਾ। ਜਿੱਦੇ ਕੋਲੋਂ ਠਹਿ ਗਈ ਉਹ ਹਰ ਗਿਆ। 3 ਚਾਂਸ ਹੋਣੇ, 3 ਦਫ਼ਾ ਜਿਹਦੇ ਕੋਲੋਂ ਡੱਠੀ ਉਹ ਹਰਿਆ, ਠੀਕ ਹੈ। ਆਉਣ ਵਾਲੀ ਬਗਦਾਦੀ ਬਿਲਕੁਲ ਹਰ ਗਿਆ, ਉਸ ਸਾਈਡ ਤੇ ਚਲੀ ਗਈ ਪਾਰ। ਹੁਣ ਕੀ ਕਰੀਏ, ਚੱਲ ਇਸ ਨਾਲ ਇੱਕ ਬਣਾ, ਇੱਕ ਵਾਰ ਬਣਾ ਇਸ ਨਾਲ, ਉਹ ਤਾਂ ਚਲੀ ਗਈ। ਵਾਹੀ ਦੇ ਨਾਕ ਦੇ ਉੱਤੇ ਲੱਗੀ। ਆਹ
ਬਹੁਤ ਜ਼ਿਆਦਾ ਮੁਸ਼ਕਿਲ ਹੈ ਜਿਹੜੀ ਹੈ ਨਾ, ਉਹ ਜਿਹੜੀ ਦੂਸਰੀ ਚਿੜੀ ਉਹ ਸੌਖੀ ਹੈ, ਇਹ ਬੜੀ ਮੁਸ਼ਕਿਲ। ਹੋਰ ਸਾਰੇ ਇੰਜੋਏ ਕਰ ਰਹੇ, ਖੇਡ ਰਹੇ। ਅੱਜ ਦਾ ਵਲੌਗ ਇੱਥੇ ਹੀ ਕਿਤੇ ਖਤਮ ਕਰਦੇ ਹਾਂ ਜੀ। ਤੋ ਦੋਸਤੋ ਇਸ ਵਕਤ ਰਾਤ ਦੇ 3 ਵੱਜ ਚੁੱਕੇ ਨੇ, ਹੁਣ ਹੀ ਮਤਲਬ ਕਿ ਸਾਰੇ ਆਪਣੇ ਆਪਣੇ ਘਰਾਂ ਤੱਕ ਗਏ ਨੇ ਅਤੇ ਹੁਣ ਮੈਂ ਇੱਥੇ ਤਕਰੀਬਨ ਇਕੱਲਾ ਠੀਕ ਹਾਂ। ਅਤੇ ਹੁਣ ਮੈਂ ਵਲੌਗ ਇਸ ਦਾ ਐਂਡ ਕਰਦਾ ਪਿਆ, ਕਿਉਂਕਿ ਅੱਜ ਜੁੰਮਾ ਹੈ। ਜੁੰਮੇ ਵਾਲੇ ਦਿਨ ਕੋਈ ਖਾਸ ਹੋਰ ਗਏ ਕੋਈ ਨਹੀਂ, ਸਿਰਫ ਜੁੰਮਾ ਪੜਿਆ ਤਾਂ ਬਸ ਡੇਰੇ 'ਤੇ ਰਿਹਾ, ਇਸ ਵਜ੍ਹਾ ਤੋਂ ਜ਼ਿਆਦਾਤਰ ਮੈਂ ਤੁਹਾਨੂੰ ਕੁਛ ਵਿਖਾ ਨਹੀਂ ਸਕਿਆ। ਲੇਕਿਨ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ ਹੋ ਸਕਦਾ ਕੋਈ ਅਸੀਂ ਮਹਿਫਲ ਸ਼ਹਿਫਲ ਲਾਈਏ, ਇੱਥੇ ਇਸ ਕਮਰੇ ਦੇ ਵਿੱਚ ਮੌਸੀਕੀ ਦੀ ਮਹਿਫਲ ਲਾਈਏ ਅਤੇ ਉਹ ਤੁਸੀਂ ਲਾਜ਼ਮੀ ਇੰਜੋਏ ਕਰਿਆ। ਅਤੇ ਅੱਜ ਦੇ ਵਲਾਗ ਨੂੰ ਇੱਥੇ ਖਤਮ ਕਰੀਏ। ਅਗਰ ਵਲਾਗ ਪਸੰਦ ਆਇਆ, ਅਗਰ ਸਾਡੀ ਇਹ ਵੀਡੀਓ ਪਸੰਦ ਆਈ, ਛੋਟੀ ਜਿਹੀ ਮਿਹਨਤ ਪਸੰਦ ਆਈ, ਤਾਂ ਇਸ ਨੂੰ ਜ਼ਰੂਰ ਲਾਈਕ ਕਰਨਾ। ਲਾਈਕ ਕਰਨ ਦੇ ਨਾਲ ਨਾਲ ਜਨਾਬ ਤੁਸੀਂ ਚੈਨਲ ਔਰੰਗਜ਼ੇਬ ਆਫੀਸ਼ੀਅਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਤਾਂ ਕਿ ਇਸ 'ਤੇ ਹੋਰ ਮਜ਼ੀਦ ਆਉਣ ਵਾਲੇ ਜਿਤਨੇ ਵੀ ਵਲੌਗਸ ਹਨ, ਮਜ਼ੀਦ ਡੇਸਰ ਵਲੌਗ ਆਉਣ ਵਾਲੇ ਨੇ। ਮਤਲਬ ਕਿ ਹੁਣ ਅਸੀਂ ਜਾਣ ਲੱਗਿਆ ਕੁਛ ਆਉਣ ਵਾਲੇ ਵਕਤ ਦੇ ਵਿੱਚ ਲਾਹੌਰ, ਅਤੇ ਉੱਥੇ ਕੀ ਸਾਡੇ ਨਾਲ ਹੁੰਦਾ ਜਾਂ ਕੀ ਅਸੀਂ ਕਰਦੇ ਹਾਂ, ਉਹ ਸਾਰਾ ਕੁਛ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹਾ ਸਾਂ। ਅਤੇ ਇਸ ਵਜ੍ਹਾ ਤੋਂ ਚੈਨਲ ਔਰੰਗਜ਼ੇਬ ਆਫੀਸ਼ੀਅਲ ਨੂੰ ਸਬਸਕ੍ਰਾਈਬ ਕਰੋ, ਅਗਰ ਤੁਸੀਂ ਮਜ਼ੀਦ ਡਿਟੇਲ ਨਾਲ ਬਰੀਕੀ ਨਾਲ ਚੀਜ਼ਾਂ ਵੇਖਣਾ ਚਾਹੁੰਦੇ ਹੋ। ਅਤੇ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਦੇ ਅਗਲੇ ਵਲਾਗ ਦੇ ਵਿੱਚ, ਅਤੇ ਮੈਨੂੰ ਹੁਣ ਸਮਣ ਦਿਓ ਬਸ। ਇਸ ਤੋਂ ਇਲਾਵਾ ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਓਕੇ, ਗੁੱਡ ਨਾਈਟ, ਅੱਲਾ ਹਾਫਿਜ਼।